ਅੱਜ ਅਸੀਂ ਇਹੀ ਕਹਿਣਾ ਚਾਹਾਂਗੇ ਬੜੀ ਸਾਡੀ ਖੁਸ਼ਕਿਸਮਤੀ ਹੈ ਕਿ ਸਾਨੂੰ ਪ੍ਰਾਤਨ ਗੁਰਦੁਆਰੇ ਸਾਹਿਬ ਅਤੇ ਸਾਡੀਆਂ ਪੁਰਾਣੀਆਂ ਯਾਦਗਾਰਾਂ ਦੇ ਸਾਨੂੰ ਦਰਸ਼ਨ ਹੋਏ ਨੇ। ਅਸੀਂ ਸੋਚ ਵੀ ਨਹੀਂ ਸੀ ਸਕਦੇ ਕਿ ਅਸੀਂ ਇੱਥੇ ਜੇਲਮ ਦੇ ਵਿੱਚ ਇਸ ਗੁਰਦੁਆਰੇ ਬਾਰੇ ਸਾਨੂੰ ਕੁਛ ਵੀ ਪਤਾ ਨਹੀਂ ਸੀਗਾ। ਅਸੀਂ ਅੱਜ ਪੰਜਾ ਸਾਹਿਬ ਤੋਂ ਆ ਰਹੇ ਹਾਂ ਅਤੇ ਸਾਨੂੰ ਜਦੋਂ ਗਾਈਡ ਨੇ ਦੱਸਿਆ ਕਿ ਇੱਥੇ ਬੜਾ ਸੋਹਣਾ ਗੁਰਦੁਆਰਾ ਹੈਗਾ ਹੈ ਸਰਦਾਰ ਕਰਮ ਸਿੰਘ ਜੀ ਦੀ ਯਾਦਗਾਰ ਵਿੱਚ, ਜਿਹੜੇ ਪੰਜਾ ਸਾਹਿਬ ਦੇ ਜਿਹੜੇ ਲੰਗਰ ਦੀ ਸੇਵਾ ਦੇ ਵਿੱਚ ਜਦੋਂ ਸ਼ਹੀਦ ਹੋਏ ਸੀ ਉਹਨਾਂ ਦੀ ਯਾਦਗਾਰ 'ਚ ਬੜੀ ਸੋਹਣੀ ਇਮਾਰਤ ਬਣਾਈ ਹੈ। ਸਾਨੂੰ ਦੇਖ ਕੇ ਇਹਨੂੰ ਬੜੀ ਖੁਸ਼ੀ ਹੋਈ ਅਤੇ ਪਰ ਨਾਲ ਹੀ ਇੱਕ ਬੜਾ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਸਾਡੀਆਂ ਇੰਨੀਆਂ ਸੋਹਣੀਆਂ ਯਾਦਗਾਰਾਂ, ਇੰਨੇ ਸਾਰੇ ਗੁਰਦੁਆਰਿਆਂ ਦੀ ਅੱਜ ਇਹ ਹਾਲਤ ਹੋਈ ਹੋਈ ਹੈ। ਅਤੇ ਇੱਕ ਵਾਰੀ ਤਾਂ ਅਸੀਂ ਪਾਕਿਸਤਾਨ ਗਵਰਨਮੈਂਟ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ ਕਿ ਇਹ ਉਸੇ ਤਰ੍ਹਾਂ ਹੀ ਸਾਡੇ ਗੁਰਦੁਆਰੇ ਸਾਹਿਬ ਹੈ ਜਿਸ ਤਰ੍ਹਾਂ ਅਸੀਂ ਛੱਡ ਕੇ ਗਏ ਸੀ। ਪਰ ਇੱਕ ਸਾਡੀ ਰਿਕੁਐਸਟ ਹੈ ਗਵਰਨਮੈਂਟ ਨੂੰ ਕਿ ਇਹਨਾਂ ਦੀ ਸਾਂਭ ਸੰਭਾਲ ਦੀ ਜ਼ਰੂਰਤ ਹੈ ਇਸ ਵੇਲੇ, ਕਿਉਂਕਿ ਇਹ ਸਾਡਾ ਇਤਿਹਾਸ ਹੈ ਜੀ, ਹੈ ਨਾ, ਅਤੇ ਇਹਦੇ ਤੋਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਬੜੀ ਸੇਧ ਲੈਣੀ ਆ। ਸੋ ਜੇ ਇਹਨਾਂ ਨੂੰ ਅਸੀਂ ਆਓ ਸਾਰੇ ਰਲ ਕੇ ਅਸੀਂ ਵੀ ਨਾਲ ਹੰਭਲਾ ਮਾਰੀਏ, ਸਾਨੂੰ ਗਵਰਨਮੈਂਟ ਦੀ ਵੀ ਹੈਲਪ ਦੀ ਬੜੀ ਜ਼ਰੂਰਤ ਆ ਤਾਂ ਕਿ ਅਸੀਂ ਆਪਣੀਆਂ ਯਾਦਾਂ ਨੂੰ ਸੰਭਾਲ ਸਕੀਏ। ਮੇਰਾ ਨਾਮ ਰਾਜ ਕੌਰ ਬਰਾੜ ਹੈ ਜੀ, ਅਤੇ ਅਸੀਂ ਆਪਣੇ ਸਾਰੇ ਵੀਰਾਂ ਦੇ ਨਾਲ, ਸਾਰੇ ਜਥੇ ਦੇ ਨਾਲ, ਅਸੀਂ 25 ਜਾਣੇ ਹਾਂ। ਅਸੀਂ ਕੈਨੇਡਾ ਤੋਂ ਆਏ ਹਾਂ, ਅਸੀਂ ਵੱਖ ਵੱਖ ਸ਼ਹਿਰਾਂ ਤੋਂ ਆਏ ਹਾਂ। ਕੋਈ ਜਾਣਾ ਵਿਨੀਪਿਗ ਤੋਂ ਆਏ ਨੇ, ਕੋਈ ਜਾਣੇ ਟੋਰਾਂਟੋ ਤੋਂ ਆਏ ਨੇ, ਮੌਂਟਰੀਅਲ ਤੋਂ ਆਏ ਨੇ, ਵੈਨਕੂਵਰ ਤੋਂ ਆਏ ਨੇ। ਅਤੇ ਅਸੀਂ ਇਸ ਫੇਰੀ ਵਿੱਚ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਜਿਹੜਾ ਅਵਤਾਰ ਪੁਰਬ ਆ, ਪਹਿਲਾਂ ਤਾਂ ਸਾਰੀ ਸੰਗਤ ਨੂੰ ਗੁਰੂ ਨਾਨਕ ਦੇਵ ਮਹਾਰਾਜ ਦੇ ਅਵਤਾਰ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਮਹਾਰਾਜ ਕਿਰਪਾ ਕਰਨ, ਸਾਡਾ ਮੇਲ ਮਿਲਾਪ ਇਸ ਤਰ੍ਹਾਂ ਹੀ ਬਣਿਆ ਰਹੇ ਅਤੇ ਆ ਕੇ ਸਾਡੀ ਅਸੀਂ ਹੋਰ ਵੀ ਰਲ ਕੇ ਇਹਨਾਂ ਗੁਰਦੁਆਰਿਆਂ ਸਾਹਿਬ ਦੀ ਸੰਭਾਲ ਕਰ ਸਕੀਏ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਵੀ ਇਹਦਾ ਬਾਰੇ ਭੈਣ ਜੀ ਰਾਜ ਕੌਰ ਬਰਾੜ ਨੇ ਇਹਦੇ ਬਾਰੇ ਦੱਸ ਦਿੱਤਾ ਹੈ, ਸੋ ਜੋ ਅਸੀਂ ਕੁਛ ਵੇਖਿਆ ਹੈ, ਸਾਡਾ ਅਸੀਂ ਜੋ ਦਰਦ ਲੈ ਕੇ ਚੱਲੇ ਹਾਂ, ਅਸੀਂ ਕਹਿੰਦੇ ਵੀ ਇਹਦੀ ਅਸੀਂ ਸਹਿਯੋਗ ਕਰਾਂਗੇ ਇਹਦੇ ਨਾਲ, ਅਤੇ ਇਹ ਜੋ ਵੀ ਇਹਦੇ ਵਾਸਤੇ ਕੋਈ ਵੀ ਸਪੋਰਟ ਦੀ ਲੋੜ ਆ, ਅਸੀਂ ਜਿੰਨੇ ਵੀ ਸਾਡੇ ਪਰਿਵਾਰ, ਜਿੰਨੀਆਂ ਫੈਮਿਲੀਆਂ, ਜਿੰਨੇ ਸਾਡਾ ਪਹੁੰਚ ਹੈਗੀ ਗੁਰਦੁਆਰੇ 'ਚੋਂ, ਜੇ ਇਸ ਨੂੰ ਤਿਆਰੀ ਕੀਤੀ ਜਾ ਸਕਦੀ ਹੈ, ਸਾਂਭਿਆ ਜਾਵੇ